जहांगीर बादशाह गुरु अर्जन देव महाराज जिया नू लालच दिंदा भी तुसी अपना धर्म छड़ के साडे धर्म विच आ जाओ, नहीं 2 लाख रुपया जुर्माने दा दे दिओ, जे नहीं ये साडा कहना मन सकदे तुहाडे नाल हुण हो सकदा जो तुसी सुपने विच भी नहीं सोचिया होना। असी तुहाडे लई बड़े बुरे साबत होवांगे। धन गुरु अर्जन देव जी महाराज कहण लगे भी जिहड़ा 2 लाख रुपये जुर्माने की तू गल करदा ना जहांगीर बादशाह, ये जिहड़ी माया है गुरु नानक दे घर दा खजाना, ये संगतां दी माया है। संगत दी माया नाल लोकां दे भले लई बौलियां ते उसारियां जा सकदियां, खूह ते लवाए जा सकदे। उन्हां समयां विच खूह हुंदे सी पाणी पीण वास्ते, जिन्हां नगरां दे विच खूह नहीं सी हुंदे महाराज ने बहुत नगरां विच जाके खूह लवाए लोकां दे पाणी पीण वास्ते। महाराज कहिंदे उस माया दे नाल लोकां दे भले लई बौलियां ते उसारियां जा सकदियां ने, उस माया दे नाल लोकां दे भले लई दवाखाने ते खोले जा सकदे आ, सरावां ते बनाईयां जा सकदियां, जिन्हां कोल घर नहीं उन्हां नूं घर बना के दित्ते जा सकदे आ, संगतां वास्ते लंगर लाए जा सकदे आ, पर ओ माया नाल जुर्माने नहीं भरे जा सकदे। ਅਖਰ ਸਤਨਾਮ ਸ੍ਰੀ ਵਾਹਿਗੁਰੂ। ਜੁਰਮਾਨੇ ਨਹੀਂ ਭਰੇ ਜਾਣੇ, ਕਦੇ ਨਹੀਂ ਜੁਰਮਾਨੇ ਭਰਾਂਗੇ। ਰਹੀ ਜਿਹੜੀ ਤੂੰ ਗੱਲ ਕਰਦਾ ਵੀ ਤੁਹਾਡੇ ਲਈ ਅਸੀਂ ਭਰੇ ਬੁਰੇ ਸਾਬਤ ਹੋਵਾਂਗੇ, ਜੋ ਤੇਰਾ ਦਿਲ ਚਾਹੁੰਦਾ ਸਾਡੇ ਨਾਲ ਉਹ ਕਰ ਸਕਦਾ। ਮੋਹੇ ਮਰਨੇ ਕਾ ਚਾਓ ਹੈ, ਮਰੋ ਤੋ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਪਾਰ। ਅਸੀਂ ਮਰਨ ਵਾਸਤੇ ਹੀ ਆਏ ਹਾਂ, ਮਰਨ ਤੋਂ ਨਹੀਂ ਡਰਦਾ। ਕਹਿੰਦੇ 1 ਲੱਖ ਰੁਪਈਆ ਭਰਿਆ ਜਹਾਂਗੀਰ ਬਾਦਸ਼ਾਹ ਨੂੰ ਚੰਦੂ ਨੇ। ਕਹਿਣ ਲੱਗਾ ਜੀ ਵੀ 1 ਲੱਖ ਰੁਪਈਆ ਮੈਂ ਭਰਦਾ, ਇਹ ਗੁਰੂ ਅਰਜਨ ਦੇਵ ਨੂੰ ਮੇਰੇ ਹਵਾਲੇ ਕਰ ਦੇ, ਮੈਂ ਇਹਨਾਂ ਨੂੰ ਮਨਾਵਾਂਗਾ, ਚਾਹੇ ਪਿਆਰ ਨਾਲ ਮੰਨ ਜਾਣ ਚਾਹੇ ਜ਼ੁਲਮ ਕੀਤਿਆਂ ਮੰਨ ਜਾਣ, ਮੈਂ ਮਨਾਉਣ ਦੀ ਕੋਸ਼ਿਸ਼ ਕਰਾਂਗਾ। ਜਹਾਂਗੀਰ ਬਾਦਸ਼ਾਹ ਅੰਦਰੋਂ ਅੰਦਰੀ ਬੜਾ ਖੁਸ਼ ਹੋਇਆ, ਕਹਿਣ ਲੱਗਾ ਇਹ ਗੱਲ ਮੇਰੇ ਵਾਸਤੇ ਬੜੀ ਲਾਹੇ ਵਾਲੀ ਹੈ, ਜੇ ਗੁਰੂ ਅਰਜਨ ਦੇ ਮਹਾਰਾਜ ਚੰਦੂ ਦੇ ਕਹਿਣ ਤੇ ਇਸਲਾਮ ਵਿੱਚ ਆ ਜਾਣਗੇ ਤੇ ਸਾਡੇ ਧਰਮ ਵਿੱਚ ਵਾਧਾ ਹੋ ਜਾਣਾ, ਨਾ ਵੀ ਮੰਨਣਗੇ ਜੇ ਚੰਦੂ ਇਹਨਾਂ ਨੂੰ ਤਸੀਹੇ ਦੇ ਕੇ ਖਤਮ ਕਰ ਦੇਗਾ। ਇਹ ਗੁਰੂ ਅਰਜਨ ਦੇ ਮਹਾਰਾਜ ਨੂੰ ਖਤਮ ਕਰਨ ਦਾ ਦੋਸ਼ ਕਲੰਕ ਦਾਗ ਜਿਹੜਾ ਸਾਡੇ ਧਰਮ ਤੇ ਨਹੀਂ ਆਏਗਾ, ਇਹ ਚੰਦੂ ਦੇ ਧਰਮ ਤੇ ਆਏਗਾ। ਚੰਦੂ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੀ ਚੰਦੂ ਤੇ ਆਏਗਾ, ਚੰਦੂ ਮਹਾਰਾਜ ਨੂੰ ਆਪਣੀ ਹਵੇਲੀ ਵਿੱਚ ਲੈ ਗਿਆ। ਬਾਬਾ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਲੰਗਾਹਾ ਜੀ, ਇੱਕ ਗੁਰਸਿੱਖ ਹੋਰ, 5 ਗੁਰਸਿੱਖ ਗੁਰੂ ਸਾਹਿਬ ਜੀ ਦੇ ਨਾਲ ਸਨ। 5 ਦਿਨ ਦਾ ਸਮਾਂ ਸੀ, 5 ਦਿਨ ਜਦੋਂ ਚੰਦੂ ਮਹਾਰਾਜ ਨੂੰ ਆਪਣੀ ਹਵੇਲੀ ਵਿੱਚ ਲੈ ਕੇ ਗਿਆ ਤੇ ਪਹਿਲੇ ਦਿਨ ਤਸੀਹਾ ਇਹ ਦਿੱਤਾ ਵੀ ਗੁਰੂ ਅਰਜਨ ਦੇ ਮਹਾਰਾਜਿਆਂ ਨੂੰ ਛਕਣ ਵਾਸਤੇ 1 ਬੂੰਦ ਜਲ ਦੀ ਨਹੀਂ ਦੇਣੀ। ਹੁਣ ਵੇਖੋ ਜੇਠ ਦਾ ਮਹੀਨਾ ਪਿਆਸ ਲੱਗਦੀ ਹੈ, ਮੂੰਹ ਸੁੱਕਦਾ। ਆਪਾਂ ਸੋਚੀਏ ਵੀ ਆਹ ਜਿਹੜਾ ਸਮਾਂ ਹੁਣ ਗਰਮੀ ਦਾ ਚੱਲ ਰਿਹਾ, ਆਪਾਂ ਕਿੰਨਾ ਪਾਣੀ ਪੀਣੀ, ਵਾਰ ਵਾਰ ਪਾਣੀ ਪੀਦਾ, ਬੋਤਲਾਂ ਭਰ ਭਰ ਆਪਾਂ ਫਰਿੱਜ ਵਿੱਚ ਲਾਉਂਦੇ, ਪਰ ਇਹੋ ਜਿਹੇ ਕੜਕੜੇ ਮੌਸਮ ਵਿੱਚ, ਅੱਤ ਦੀ ਗਰਮੀ ਵਿੱਚ, ਜਦੋਂ ਪੂਰਾ ਦਿਨ ਪੂਰੀ ਰਾਤ ਮਹਾਰਾਜ ਜੀ ਨੂੰ ਛਕਣ ਵਾਸਤੇ 1 ਬੂੰਦ ਜਲ ਦੀ ਨਹੀਂ ਦਿੱਤੀ,
ਉਹ ਸਮਾਂ ਮਹਾਰਾਜ ਨੇ ਕਿਵੇਂ ਹੰਡਾਇਆ ਹੋਣਾ। ਆਪਾਂ ਹੁਣ ਇੱਥੇ ਬੈਠੇ ਹਾਂ, ਪੱਖੇ ਵੀ ਚੱਲਦੇ ਤਾਂ ਵੀ ਗਰਮੀ ਲੱਗਦੀ ਹੈ, ਤੇ ਉਦੋਂ ਕਿਤੇ ਮਹਾਰਾਜ ਨੂੰ ਉਹਨਾਂ ਨੇ ਪੱਖਾ ਲਾਇਆ ਹੋਣਾ ਜਾਂ ਕਿਸੇ ਨੂੰ ਪੱਖਾ ਝੱਲਣ ਵਾਸਤੇ ਪ੍ਰਬੰਧ ਕੀਤਾ ਹੋਣਾ ਵੀ ਗਰਮੀ ਨਾ ਲੱਗੇ, ਉਹ ਤੇ ਤਸੀਹਾ ਦਿੰਦੇ ਜ਼ੁਲਮ ਕਰਦੇ। ਪਰ ਮਹਾਰਾਜ ਨੇ ਉਹ ਜ਼ੁਲਮ ਸਹਾਰਿਆ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਦੂਸਰੇ ਦਿਨ ਇੱਕ ਬੜੀ ਵੱਡੀ ਭੱਠੀ ਪਟਵਾਈ ਗਈ, ਉਹਦੇ ਉੱਪਰ ਇੱਕ ਮੋਟੀ ਲੋਹੇ ਦੀ ਤਵੀ ਰੱਖੀ, ਹੇਠਾਂ ਅੱਗ ਬਾਲੀ, ਇੱਕ ਪਾਸੇ ਕੜਾਹਾ ਰੇਤੇ ਦਾ ਗਰਮ ਕਰਾ ਰਿਹਾ, ਕੋਲ ਚੰਦੂ ਪਾਪੀ ਕੁਰਸੀ ਡਾਹੀ ਬੈਠਾ, ਕਹਿੰਦਾ ਜਾਓ ਹੁਣ ਅਰਜਨ ਦੇਵ ਨੂੰ ਲੈ ਕੇ ਆਓ। ਇਧਰੋਂ ਲੋਹ ਪੂਰੀ ਗਰਮ ਹੋ ਰਹੀ ਹੈ, ਹੇਠਾਂ ਲਟਾ ਲਟ ਅੱਗ ਬਾਲੀ ਜਾ ਰਹੀ ਹੈ। ਗੁਰਸਿੱਖਾਂ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਆਏ, ਜਦੋਂ ਆਏ ਤੇ ਤਵੀ ਕੋਲ ਆ ਕੇ ਰੁਕ ਗਏ। ਚੰਦੂ ਹੱਸ ਕੇ ਕਹਿਣ ਲੱਗਾ, ਮਹਾਰਾਜ ਕੀ ਹੋਇਆ? ਤਵੀ ਦਾ ਰੰਗ ਲਾਲ ਵੇਖ ਕੇ ਕਿਤੇ ਡਰਦੇ ਨਹੀਂ ਗਏ? ਆਖੋ ਸਤਨਾਮ। ਤਵੀ ਦਾ ਰੰਗ ਲਾਲ ਵੇਖ ਕੇ ਤੇ ਉੱਪਰ ਬੈਠਣੋਂ ਡਰਦੇ ਨਹੀਂ ਗਏ? ਧੰਨ ਗੁਰੂ ਅਰਜਨ ਦੇਵ ਮਹਾਰਾਜ। ਕਹਿਣ ਲੱਗੇ, ਚੰਦੂ ਅਸੀਂ ਤਵੀ ਦਾ ਰੰਗ ਲਾਲ ਵੇਖ ਕੇ ਨਹੀਂ ਡਰੇ, ਅਸੀਂ ਤੇ ਥੋੜਾ ਸਮਾਂ ਹੋਰ ਇੰਤਜ਼ਾਰ ਕਰਦੇ ਹਾਂ। ਕਿਸ ਗੱਲ ਦਾ? ਕਹਿੰਦੇ ਜਿੰਨਾ ਰੰਗ ਲਾਲ ਸ਼ਹੀਦੀ ਮੰਗਦੀ ਹੈ ਨਾ, ਉਹਨਾਂ ਰੰਗ ਲਾਲ ਅਜੇ ਤੇਰੀ ਤਵੀ ਦਾ ਹੋਇਆ। ਜਿੰਨਾ ਰੰਗ ਸ਼ਹੀਦੀਆਂ ਨੂੰ ਚਾਹੀਦਾ ਨਾ, ਉਹਨਾਂ ਅਜੇ ਰੰਗ ਲਾਲ ਤੇਰੀ ਤਵੀ ਦਾ ਹੋਇਆ ਨਹੀਂ। ਤੂੰ ਡਰਨ ਦੀਆਂ ਗੱਲਾਂ ਕਰਦਾ, ਮਰਨ ਮੂਲ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਨੇ, ਮਰਨ ਮੂਲ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਨੇ, ਮਰਨ ਮੂਲ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਨੇ, ਮਰਨ ਮੂਲ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਨੇ, ਉਹ ਮਰਨ ਮੂਲ ਨਾ ਡਰਦੇ ਜਿਹੜੇ ਮੌਤ ਡਰਦੇ ਜਿਹੜੇ ਮੌਤ ਦੇ ਦੀਵਾਨੇ ਨੇ, ਡਰਦੇ ਜਿਹੜੇ
पहला मरण कबूल कर। जीवन की साढ़े आस